ਹੈਲੋ ਗਾਇਸ, ਵੈਲਕਮ ਟੂ ਮਾਈ ਨਿਊ ਵਲੌਗ। ਆਈ ਹੋਪ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅਤੇ ਮੈਂ ਵੀ ਬਹੁਤ ਵਧੀਆ। ਸੋ ਗਾਇਸ, ਅੱਜ ਆਪਣਾ ਡੇ ਸਟਾਰਟ ਹੋ ਗਿਆ, ਸਵੇਰ ਦੇ ਵੱਜ ਚੁੱਕੇ ਨੇ 10। ਤੁਹਾਨੂੰ ਸਾਰਿਆਂ ਨੂੰ ਗੁੱਡ ਮਾਰਨਿੰਗ, ਲੇਟ ਗੁੱਡ ਮਾਰਨਿੰਗ, ਆਈ ਨੋ ਵੈਰੀ ਵੈਲ। ਅਤੇ ਅੱਜ ਆਪਾਂ ਕੀ ਕਰਾਂਗੇ? ਅੱਜ ਆਪਾਂ, ਤੁਹਾਨੂੰ ਸਾਰਿਆਂ ਨੂੰ ਪਤਾ ਦੀਵਾਲੀ ਆ ਰਹੀ 4 ਤਰੀਕ ਦੀ ਨੈਕਸਟ ਮੰਥ, ਅਤੇ ਘਰ ਦੀ ਸਾਫ਼ ਸਫਾਈ ਕਰਨੀ ਆ। ਸਾਰਿਆਂ ਨੂੰ ਪਹਿਲਾਂ ਫਸਟ ਆਫ ਆਲ ਵਹੀਕਲ ਧੋਣੇ ਆ, ਬਹੁਤ ਜ਼ਰੂਰੀ ਆ ਧੋਣੇ, ਅਤੇ ਖਰਾਬ ਹੋਏ ਸੀਗੇ। ਸਾਰਿਆਂ ਨੂੰ ਪਹਿਲਾਂ ਵਹੀਕਲ ਧੋਣੇ ਆ, ਫਿਰ ਆਪਾਂ ਕਰਨੀ ਆ ਘਰ ਦੀ ਸਾਫ਼ ਸਫਾਈ। ਅੱਜ ਤੁਹਾਨੂੰ ਦਿਖਾਵਾਂਗੇ ਸਾਫ਼ ਸਫਾਈ, ਅਤੇ ਜੇ ਬਾਹਰ ਦਾ ਪੈਣ ਸ਼ਹਿਰ ਬਣ ਰਿਹਾ, ਬਾਹਰ ਵੀ ਚੱਲਾਂਗੇ, ਪਿਕਸ ਵਗੈਰਾ ਖਿੱਚਣ ਜਾਣੀਆਂ, ਉੱਥੇ ਵੀ ਤੁਹਾਨੂੰ ਥੋੜ੍ਹਾ ਬਹੁਤ ਦਿਖਾ ਦਾਂਗੇ, ਅਤੇ ਬਾਕੀ ਸਾਫ਼ ਸਫਾਈ ਦਿਖਾਵਾਂਗੇ ਤੁਹਾਨੂੰ। ਬਾਕੀ ਆਪਣਾ ਵਲੌਗ 9:30 ਆ ਗਿਆ ਸੀ ਆਪਣਾ, ਉਹ ਗੋਸ਼ਟ ਵਾਲਾ। ਵੱਧ ਤੋਂ ਵੱਧ ਉਹਨੂੰ ਜਿੰਨਾ ਹੋ ਸਕਦਾ ਪਿਆਰ ਦਿਓ, ਅਤੇ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ। ਐਂਡ ਆਪਣੇ ਫਾਈਨਲੀ 100 ਸਬਸਕ੍ਰਾਈਬਰਸ ਤਾਂ ਪੂਰੇ ਹੋ ਗਏ ਆ। 100 ਤੋਂ ਹੌਲੀ ਹੌਲੀ 500,000 ਲੈ ਜਾਓ, ਜਿੰਨੀ ਛੇਤੀ ਹੋ ਸਕਦਾ ਲੈ ਜਾਓ। ਐਂਡ ਆਪਾਂ ਹੁਣ ਤੋਂ ਲਾਈਕ ਐਮ ਵੀ ਵੀਡੀਓਜ਼ 'ਤੇ ਰੱਖਿਆ ਕਰਾਂਗੇ। 100 ਹੋ ਗਏ, ਬਸ ਕੋਈ ਨਾ, ਹੌਲੀ ਹੌਲੀ ਹੋਰ ਇਨਕਰੀਜ ਕਰਵਾ ਦਿਓ, ਸਪੋਰਟ ਕਰੋ ਫੁੱਲ, ਲਾਈਕ ਐਮ ਵੀ ਰੱਖਿਆ ਕਰਾਂਗੇ। ਅਤੇ ਗਾਈਜ਼, ਇੱਕ ਮੈਂ ਗੱਲ ਸੋਚ ਰਿਹਾ ਸੀਗਾ, ਮੈਨੂੰ ਐਂ ਦੱਸੋ ਆਪਾਂ ਨੂੰ ਜ਼ੋਲੋ ਚਿਪ ਚੈਲੇਂਜ ਕਰਨਾ ਚਾਹੀਦਾ ਜਾਂ ਨਹੀਂ, ਮੈਨੂੰ ਦੱਸ ਦਿਓ। ਜ਼ੋਲੋ ਚਿਪ ਚੈਲੇਂਜ ਕਮੈਂਟ ਕਰਕੇ ਦੱਸ ਦਿਓ ਕਿ ਸਾਨੂੰ ਜ਼ੋਲੋ ਚਿਪ ਚੈਲੇਂਜ ਕਰਨਾ ਚਾਹੀਦਾ ਕਿ ਨਹੀਂ। ਮੇਰੇ ਨਾਲ ਦੇ ਤਿੰਨ ਚਾਰ ਜਣੇ ਹੈਗੇ ਆ, ਉਹ ਕਹਿੰਦੇ ਜ਼ੋਲੋ ਚਿਪ ਖਾਵਾਂਗੇ ਆਪਾਂ। ਮੈਂ ਕਿਹਾ ਚਲੋ ਵੇਖਦੇ ਹਾਂ, ਆਪਾਂ ਤਾਂ ਬਈ ਸ਼ੁਰੂ ਤੋਂ ਘੱਟ ਮਿਰਚਾਂ ਖਾ ਕੇ ਰਾਜ਼ੀ ਹਾਂ। ਉਹਨਾਂ ਨੂੰ ਖਵਾ ਲਾਂਗੇ, ਇੱਕ ਮੰਗਵਾ ਲਾਂਗੇ ਉਹਨਾਂ ਤੋਂ, ਮੈਨੂੰ ਲੱਗਦਾ ਇੱਕ ਵੀ ਨਹੀਂ ਖਾਧੀ ਜਾਣੀ। ਬਾਕੀ ਵੇਖਦੇ ਹਾਂ, ਜੋ ਮੰਨਦੇ ਆ ਤਾਂ ਫਿਰ ਮੰਗਵਾ ਲਾਂਗੇ ਆਪਾਂ, ਔਰ ਔਨਲਾਈਨ ਹੀ ਮਿਲੂਗੀ ਉਹ, ਵੈਸੇ ਤਾਂ ਬਾਜ਼ਾਰ ਵਗੈਰਾ 'ਚ ਮਿਲਦੀ ਨਹੀਂ। ਅਤੇ ਚਲੋ ਮਿਲਦੇ ਹਾਂ ਤੁਹਾਨੂੰ। ਹਾਂਜੀ ਗਾਈ, ਜਿਵੇਂ ਕਿ ਤੁਸੀਂ ਵੇਖਿਆ ਟਾਈਮ ਲੈਪ 'ਚ, ਆਪਾਂ ਇੱਕ ਵਹੀਕਲ ਤਾਂ ਧੋਤਾ, ਦੂਸਰਾ ਗਿਆ ਫਿਰੋਜ਼ਪੁਰ, ਉਹਨੂੰ ਆ ਲੈਣ ਦਿਓ, ਉਹਨੂੰ ਵੀ ਬਾਅਦ 'ਚ ਧੋਵਾਂਗੇ। ਤੁਹਾਨੂੰ ਵਹੀਕਲ ਦਿਖਾਉਣਾ ਕਿੱਡਾ ਸੋਹਣਾ ਲੱਗ ਰਿਹਾ ਹੁਣ, ਪਹਿਲਾਂ ਮਿੱਟੀ ਨਾਲ ਲਿਬੜ ਕੇ ਬੁਰਾ ਹਾਲ ਹੋਇਆ ਪਿਆ ਸੀ ਵਿਚਾਰੇ ਦਾ, ਅਤੇ ਇਹਨੂੰ ਬਹੁਤ ਟਾਈਮ ਹੋ ਗਿਆ ਧੋਤਾ ਨਹੀਂ, ਇਸ ਕਰਕੇ ਇਹਨੇ ਮੈਨੂੰ ਥੋੜ੍ਹੀ ਸਜ਼ਾ ਵੀ ਦੇ ਦਿੱਤੀ, ਮੇਰੀ ਉਂਗਲ 'ਤੇ ਸੱਟ ਵੱਜ ਗਈ। ਚਲੋ ਕੋਈ ਨਹੀਂ, ਇੰਨਾ ਗੁੰਦਾ ਰਹਿੰਦਾ, ਤੁਹਾਨੂੰ ਥੋੜ੍ਹਾ ਜਿਹਾ ਵਹੀਕਲ ਦਿਖਾਉਣਾ ਮੈਂ, ਹੈਗਾ ਤਾਂ ਸਪਲੈਂਡਰ ਨਾਲ ਕੋਈ ਐਂ ਵੱਡਾ ਵਹੀਕਲ ਨਹੀਂ ਗਾ, ਸਪਲੈਂਡਰ ਹੀ ਆ, ਸਪਲੈਂਡਰ ਨਾਲ ਟੋਰ ਵੱਖਰੀ, ਤੁਹਾਨੂੰ ਸਾਰਿਆਂ ਨੂੰ ਪਤਾ। ਚਲੋ ਤੁਹਾਨੂੰ ਵਹੀਕਲ ਦਿਖਾਉਣਾ 2 ਮਿੰਟ ਵਾਸਤੇ। ਹਾਂਜੀ ਗਾਈਜ਼, ਜਿਵੇਂ ਕਿ ਤੁਹਾਨੂੰ ਕਿਹਾ ਸੀ, ਬਾਹਰ ਚੱਲਦੇ ਹਾਂ ਆਪਾਂ, ਫੋਟੋਆਂ ਖਿੱਚਣ, ਕਲਿਕਸ ਕਰ ਚੱਲਦੇ ਹਾਂ, ਰੀਲਸ ਰੂਲਸ ਬਣਾਵਾਂਗੇ, ਅਤੇ ਚਲੋ ਆਏ ਨਾਲੇ ਤੁਹਾਨੂੰ ਟਾਈਮ ਲੈਪਸ ਵਿਖਾਉਂਦੇ ਹਾਂ, ਚਲੋ ਚਲੀਏ। ਹਾਂਜੀ ਗਾਈਜ਼, ਆਪਾਂ ਪਿਕਸ ਖਿੱਚਣ ਆ ਗਏ ਹਾਂ। ਗਾਈਜ਼, ਪਿਕਸ ਅਤੇ ਰੀਲਸ ਬਹੁਤ ਵਧੀਆ ਬਣ ਰਹੀਆਂ, ਇੰਸਟਾ ਹੈਂਡਲ ਦਾ ਮੈਂ ਲਿੰਕ ਦੇ ਦੂੰਗਾ, ਅਤੇ ਤੁਸੀਂ ਚੈੱਕ ਕਰੋ ਇੱਕ ਵਾਰੀ, ਉੱਥੇ ਵੀ ਮੈਨੂੰ ਫੋਲੋ ਕਰ ਲਓ। ਪਿਕਸ ਅਤੇ ਰੀਲਸ ਬਣਾ ਲਈਆਂ, ਘਰ ਚੱਲਦੇ ਹਾਂ, ਟਾਈਮ ਲੈਪਸ ਦਿਖਾਵਾਂਗੇ। ਗਰਮੀ ਵੀ ਹੁੰਦੀ ਪਈ, ਥੋੜ੍ਹੀ ਬਹੁਤ ਲੱਗਦੀ ਪਈ ਆ, ਗਾਈਜ਼ ਆਪਾਂ ਆ ਚੁੱਕੇ ਸੀ ਘਰ, ਅਤੇ ਜਿਵੇਂ ਤੁਹਾਨੂੰ ਦੱਸਿਆ ਸੀਗਾ, ਆਪਾਂ ਪਿਕਸ ਅਤੇ ਰੀਲਸ ਬਣਾਉਣ ਗਏ ਸੀਗੇ, ਵਧੀਆ ਬਣ ਗਿਆ। ਇੱਕ ਸ਼ੋਟ 15 ਸੈਕਿੰਡ ਦੀ ਕਰ ਦਿੰਦਾ ਮੈਂ, ਮਤਲਬ ਕਲਿੱਪ ਵਿੱਚ ਐਡ ਕਰ ਦੂੰਗਾ, ਪਰ ਉਹ ਹਲੇ ਐਡਿਟ ਨਹੀਂ ਕੀਤੀ, ਸਿੰਪਲ ਹੀ ਸੀਗੀ, ਅਤੇ ਉਹ ਮੈਂ ਕਰ ਦਿੰਦਾ ਐਡਿਟ, ਤੁਸੀਂ ਦੇਖ ਲਿਓ।
ਅਤੇ ਬਾਕੀ ਇੰਸਟਾਗ੍ਰਾਮ ਦਾ ਹੈਂਡਲ ਵੀ ਹੈ ਕਿ ਮੈਂ ਡਿਸਕ੍ਰਿਪਸ਼ਨ 'ਚ ਲਿੰਕ ਦੇ ਦੂੰਗਾ, ਤੁਸੀਂ ਫੋਲੋ ਕਰ ਲਿਓ ਉੱਥੇ ਵੀ ਮੈਨੂੰ। ਉੱਥੇ ਵੀ ਜਿਹੜੀਆਂ ਜਿਹੜੀਆਂ ਨਵੀਆਂ ਨਵੀਆਂ ਪਿਕਸ ਅਸੀਂ ਪਾਉਂਦੇ ਰਹਿੰਦੇ ਹਾਂ। The next day. ਹਾਂਜੀ ਗਾਈਸ, ਗੁੱਡ ਮਾਰਨਿੰਗ। ਸਵੇਰ ਦੇ ਵੱਜ ਚੁੱਕੇ ਨੇ 9 ਅਤੇ ਆਪਾਂ ਨਹਾ ਧੋ ਕੇ ਰੈਡੀ ਹੁੰਦੇ ਹਾਂ, ਬਿਕੋਜ਼ ਆਪਾਂ ਜਾਣਾ ਛੋਟੇ ਦੇ ਸਕੂਲ ਪੇਰੈਂਟਸ ਟੀਚਰ ਮੀਟਿੰਗ 'ਤੇ, ਅਤੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਸਕੂਲ 'ਚ। ਸ਼ਾਇਦ ਪਤਾ ਨਹੀਂ ਕੈਮਰਾ ਅਲਾਊਡ ਹੋਊਗਾ ਜਾਂ ਨਹੀਂ, ਉੱਥੇ ਆਪਾਂ ਜਾ ਕੇ ਵੇਖਾਂਗੇ। ਅਤੇ ਫਿਰ ਮੈਂ ਤੁਹਾਨੂੰ ਬਾਕੀ ਗੱਲ ਦੱਸਿਆ ਸੀ ਘਰ ਦੀ ਕਰਨੀ ਸਫਾਈ, ਬਾਕੀ ਤੁਹਾਨੂੰ ਹੋਮ ਟੂਰ ਵੀ ਅਗਲੀ ਵੀਡੀਓ 'ਚ ਦਿੰਦਾ ਮੈਂ। ਅਤੇ ਆਪਣੀ ਫੈਮਿਲੀ ਸ਼ਾਇਦ ਮੈਂ ਤੁਹਾਨੂੰ ਨਹੀਂ ਦੱਸਿਆ ਮੇਰੀ ਫੈਮਿਲੀ 'ਚ ਕੌਣ ਕੌਣ ਆ, ਮੋਮ ਡੈਡ ਅਤੇ ਛੋਟਾ ਬ੍ਰਦਰ ਆ, ਅਤੇ ਬਾਕੀ ਦਾਦਾ ਦਾਦੀ ਜੀ ਉਹ ਪਿੰਡ ਰਹਿੰਦੇ ਆ, ਤਾਇਆ ਜੀ ਬ੍ਰਦਰ ਹੋ ਗਿਆ, ਵੱਡਾ ਬ੍ਰਦਰ ਹੋ ਗਿਆ, ਦੋਵੇਂ ਵੱਡੀਆਂ ਸਿਸ ਹੋ ਗਈਆਂ, ਉਹ ਪਿੰਡ ਰਹਿੰਦੇ ਨੇ। ਪਿੰਡ ਮਤਲਬ ਪਿੰਡ ਤਾਂ ਨਹੀਂ, ਉਹ ਬਠਿੰਡੇ ਤੋਂ ਅੱਗੇ ਹੀ ਆ ਜਾਂਦਾ। ਅਤੇ ਆਪਾਂ ਮਿਲਦੇ ਹਾਂ ਤੁਹਾਨੂੰ, ਠੀਕ ਆ। ਉੱਪਰ ਕਮਰੇ ਚੱਲ ਕੇ ਵੇਖਦੇ ਹਾਂ ਕਿੰਨਾ ਖਲਾਰਾ ਪਿਆ ਹੋਇਆ, ਕਿੰਨਾ ਟਾਈਮ ਲੱਗ ਜਾਣਾ। ਵੇਖ ਗਏ ਹੁਣ ਆਪਾਂ, ਚਲੋ ਉੱਪਰ ਤਾਂ ਆ ਗਏ ਹਾਂ। ਵੇਖੋ ਇਹ ਉੱਪਰਲਾ ਰੂਮ ਆ, ਅਤੇ ਸਾਰਾ ਕੁਛ ਸਾਫ਼ ਸਫਾਈ ਕਰਨੀ ਹੁਣ ਇੱਥੇ। ਉੱਪਰ ਵੀ ਪਹਿਲਾਂ ਰਿਪੇਅਰਿੰਗ ਦਾ ਕੰਮ ਚੱਲਦਾ ਪਿਆ ਸੀਗਾ, ਨੀਚੇ ਸਾਰਾ ਹੋ ਗਿਆ ਸੀ, ਪੀ ਸੀ ਵਗੈਰਾ ਲਗਵਾਈ ਸੀ, ਉੱਪਰ ਉੱਪਰ ਰਹਿ ਗਈ ਆ, ਉੱਪਰ ਉੱਪਰ ਵੀ ਲਗਵਾਉਣੀ ਆ। ਹਾਂਜੀ ਗਾਈਸ, ਰੈਡੀ ਹੋ ਚੁੱਕਿਆ ਨਹਾ ਧੋ ਕੇ, ਬ੍ਰੇਕਫਾਸਟ ਕਰ ਲਿਆ, ਚੱਲਦੇ ਹਾਂ ਸਕੂਲ ਵੱਲ। ਅਤੇ ਜੇ ਅਲਾਓ ਕੀਤਾ ਕੈਮਰਾ ਤਾਂ ਠੀਕ ਹੈ, ਨਹੀਂ ਤਾਂ ਫਿਰ ਇਕੱਲਾ ਟਾਈਮ ਲੈਪਸ ਵੇਖਣ ਨੂੰ ਮਿਲੂਗਾ। ਚਲੋ ਓਕੇ, ਮਿਲਦੇ ਹਾਂ। ਘਰ ਆ ਚੁੱਕੇ ਹਾਂ। ਹਾਂਜੀ ਗਾਈਸ, ਆਪਾਂ ਘਰ ਆ ਗਏ, ਅਤੇ ਮੈਂ ਜਿਵੇਂ ਕਿ ਤੁਹਾਨੂੰ ਕਿਹਾ ਸੀਗਾ, ਪਤਾ ਨਹੀਂ ਉਹ ਵੀਡੀਓ ਲਈ ਅਲਾਓ ਕਰਨਗੇ ਜਾਂ ਨਹੀਂ, ਬਟ ਉਹਨਾਂ ਨੇ ਅਲਾਓ ਨਹੀਂ ਕੀਤਾ। ਚਲੋ ਕੋਈ ਨਹੀਂ, ਆਪਾਂ ਵੀ ਰੂਲ ਐਂਡ ਰੈਗੂਲੇਸ਼ਨ ਦੇ ਨਾਲ ਹੀ ਚੱਲਣਾ, ਉਹਨੇ ਨਾਲ ਹੀ ਚੱਲਣਾ। ਅਤੇ ਬਾਕੀ ਇਹ ਵਾਲੀ ਵੀਡੀਓ ਅੱਜ ਇੱਥੋਂ ਤੱਕ ਹੀ, ਆਈ ਹੋਪ ਕਿ ਤੁਹਾਨੂੰ ਵੀਡੀਓ ਬਹੁਤ ਵਧੀਆ ਲੱਗੀ ਹੋਊਗੀ, ਅਤੇ ਆਪਾਂ ਤੁਹਾਨੂੰ ਮਿਲਦੇ ਹਾਂ ਅਗਲੇ ਵਲੌਗ 'ਚ। ਟਿਲ ਦੈਨ ਗੁੱਡ ਬਾਏ।